ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ 'ਤੇ ਤੁਹਾਡਾ ਸਵਾਗਤ ਹੈ ਗਰੇਵੀ ਵਾਲੀ ਅਰਬੀ ਦੀ ਸਬਜ਼ੀ ਬਣਾਉਣ ਲੱਗੇ ਜੀ ਤੇਲ ਥੋੜਾ ਜਿਹਾ ਜ਼ਿਆਦਾ ਲਿਆ ਅਰਬੀ ਆਪਾਂ ਛਿੱਲ ਕੇ ਧੋ ਕੇ ਧੁੱਪੇ ਰੱਖੀ ਉਸੇ ਕਰਕੇ ਥੋੜੀ ਜਿਹੀ ਕਾਲੀ ਦੇਖਣ ਨੂੰ ਲੱਗਦੀ ਆ ਸੁੱਕੀ ਅਰਬੀ ਆਪਣੀ ਐਨ ਤੇ ਤੇਲ ਚੰਗੀ ਤਰ੍ਹਾਂ ਗਰਮ ਕਰਕੇ ਸਾਰੀ ਅਰਬੀ ਆਪਾਂ ਇਹਦੇ ਵਿੱਚ ਪਾ ਦੇਣੀ ਆ ਤੇਲ ਥੋੜਾ ਜਿਹਾ ਜ਼ਿਆਦਾ ਪਾਉਣਾ ਪੈਣਾ ਬਾਅਦ 'ਚ ਆਪਾਂ ਤੇਲ ਜਿਹੜਾ ਕੱਢ ਦੇਣਾ ਐ ਤੇ ਦੇਖੋ ਇਸ ਤਰ੍ਹਾਂ ਅਰਬੀ ਨੂੰ ਇਹਨੂੰ ਚੰਗੀ ਤਰ੍ਹਾਂ ਜਿਹੜਾ ਐ ਆਪਾਂ ਪਕਾਉਣਾ ਐ ਐਨ ਲਾਲ ਕਰ ਲੈਣੀ ਆ ਰਬੀ ਤੇ ਦੇਖੋ ਅਰਬੀ ਆਪਣੀ ਜਿਹੜੀ ਆ ਐਨ ਲਾਲ ਹੋ ਗਈ ਆ ਤੇ ਇਹਨੂੰ ਆਪਾਂ ਕੱਢ ਲੈਣਾ ਨਰਮ ਵੀ ਹੋ ਜਾਂਦੀ ਆ ਟੇਸਟੀ ਬਹੁਤ ਬਣਦੀ ਆ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਦੇਖਿਓ ਤੇਲ ਆਪਾਂ ਹੁਣ ਕੱਢ ਦੇਣਾ ਥੋੜੀ ਜਿਹੀ ਤੜਕੇ ਜਗ੍ਹਾ ਤੇਲ ਆਪਾਂ ਰੱਖਣਾ ਹੈ ਤੇ ਦੇਖੋ ਤੇਲ ਆਪਾਂ ਕੱਢ ਦਿੱਤਾ ਇੰਨਾ ਕੁ ਤੇਲ ਆਪਾਂ ਰੱਖਿਆ ਹੁਣ ਇਹਦੇ ਵਿੱਚ ਆਪਾਂ ਸੁੱਕੇ ਮਸਾਲੇ ਥੋੜੇ ਪਾਉਣੇ ਆ ਜੀਰਾ, ਤੇਜ ਪੱਤਾ ਆ, ਦਾਲਚੀਨੀ ਆ, ਲੌਂਗ ਆ, ਥੋੜੀ ਸੌਂਫ ਆ, ਵੱਡੀ ਇਲਾਇਚੀ, ਛੋਟੀ ਇਲਾਇਚੀ, ਕਾਲੀ ਮਿਰਚ, ਥੋੜੇ ਥੋੜੇ ਮਸਾਲੇ ਸਾਰੇ ਜਿਹੜੇ ਆਪਾਂ ਲੈ ਲੈ ਪਾ ਦ ਤੇ ਰਾਈ ਥੋੜੀ ਜਿਹੀ ਪਾ ਦਿੱਤੀ ਆ ਕਾਲੀ ਸਰੋਂ ਤੇ ਹਿੰਗ ਪਾ ਦਿੱਤੀ ਆ ਤੇ ਮਸਾਲੇ ਤੜਕ ਗਏ ਆਪਣੇ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਜੀ ਪਿਆਜ਼ ਦੋ ਤਿੰਨ ਪਿਆਜ਼ ਆਪਾਂ ਚੌਪ ਕਰਕੇ ਜਿਹੜੇ ਪਾਣੇ ਆ ਗਰੇਵੀ ਵਾਲੀ ਆਪਾਂ ਬਣਾਉਣੀ ਆ ਜੀ ਹਰਬੀ ਜਿਹੜੀ ਬਹੁਤ ਹੀ ਟੇਸਟੀ ਬਣਦੀ ਆ ਇੱਕ ਵਾਰੀ ਮੇਰੇ ਕਹਿਣ ਤੇ ਜ਼ਰੂਰ ਟਰਾਈ ਕਰਕੇ ਦੇਖਿਓ ਜ਼ਰੂਰ ਬਣਾਇਓ ਸਾਰਿਆਂ ਨੂੰ ਪਸੰਦ ਆਊਗੀ ਤੇ ਪਿਆਜ਼ ਨੂੰ ਲਾਲ ਕਰ ਲੈਣੇ ਆਪਾਂ ਪਕਾ ਲੈਣੇ ਉਸ ਤੋਂ ਬਾਅਦ ਆਪਾਂ ਟਮਾਟਰ ਤੇ ਹਰੀ ਮਿਰਚ ਜਿਹੜੀ ਉਹ ਪੀਸੀ ਹੋ ਆ ਦੇਖੋ ਪਿਆਜ਼ ਲਾਲ ਹੋ ਗਿਆ ਜੇ ਆਪਾਂ ਵੀਡੀਓ ਪੂਰੀ ਹੌਲੀ-ਹੌਲੀ ਦਿਖਾਣੇ ਆ ਤਾਂ ਬਹੁਤ ਲੰਬੀ ਹੋ ਜਾਂਦੀ ਆ ਤੇ ਅੱਜ ਕੱਲ ਟਮਾਟਰ ਬਹੁਤ ਮਹਿੰਗੇ ਇਸ ਕਰਕੇ ਟਮਾਟਰ ਆਪਾਂ ਘੱਟਾ ਪਾਉਣੇ ਇੱਕ ਟਮਾਟਰ ਪਾਇਆ ਤੇ ਹਰੀ ਮਿਰਚ ਜਿੰਨੀ ਚਾਹੀਦੀ ਸੀ ਉਹ ਆਪਾਂ ਪੀਸਲੇ ਵਿੱਚੇ ਮਿਕਸ ਕਰ ਦਿੱਤੀ ਆ ਅਦਰ ਕਲਸਣ ਦਾ ਪੇਸਟ ਵਿੱਚ ਇਹਦੇ ਪਾਦਣੇ ਉਹਨੂੰ ਵੀ ਵਿੱਚੇ ਆਪਾਂ ਪਕਾ ਲੈਣੇ ਆ ਤੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਾਉਣੇ ਜੀ ਮਸਾਲੇ ਵੀਡੀਓ ਆਪਾਂ ਆਸਾਨ ਜਿਹੇ ਤਰੀਕੇ ਨਾਲ ਬਣਾਈ ਦੀ ਹਰ ਇੱਕ ਨੂੰ ਸਮਝ ਲੱਗਣ ਵਾਲੀ ਬਣਾਈ ਦੀ ਛੋਟੀਏ ਰੱਖ ਕੇ ਵੀਡੀਓ ਬਣਾਈ ਦੀ ਆ ਦੇਖੋ ਹੁਣ ਆਪਾਂ ਮਸਾਲੇ ਪਾ ਦੇਣੇ ਆ ਨਾਰਮਲ ਜਿਹੜੇ ਆਪਾਂ ਵਰਤਦੇ ਆ ਹਲਦੀ ਪਾ ਦਤੀ ਆ ਕਸ਼ਮੀਰੀ ਲਾਲ ਮਿਰਚ ਕਲਰ ਵਾਸਤੇ ਕਾੜੀ ਮਿਰਚ ਆਪਾਂ ਪਾਤੀ ਹਰੀ ਧਨੀਆ ਪਾਊਡਰ ਜੀਰਾ ਪਾਊਡਰ ਪਾ ਦਨੇ ਆ ਤੇ ਨਮਕ ਪਾ ਦਨੇ ਆ ਮਿਕਸ ਕਰ ਦਨੇ ਇਹਨਾਂ ਨੂੰ ਮਸਾਲਿਆਂ ਨੂੰ ਆਪਾਂ ਪਕਾ ਲੈਣੇ ਆ ਚੰਗੀ ਤਰ੍ਹਾਂ ਹੁਣ ਆਪਾਂ ਸੇਕ ਘੱਟ ਕੀਤਾ ਹੈ ਆਗੇ ਮਸਾਲੇ ਆਪਣੇ ਸਾੜਨ ਨਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਪਕਾ ਲੈਣੇ ਆ ਤੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਆ ਆਪਾਂ ਵੀਡੀਓ ਛੋਟੀ ਜਿਹੀ ਬਣਾਉਨੇ ਹੁੰਨੇ ਆ ਆਸਾਨ ਜਿਹੇ ਤਰੀਕੇ ਨਾਲ ਬਣਾਉਨੇ ਹੁੰਨੇ ਆ ਹਰ ਇੱਕ ਨੂੰ ਸਮਝ ਲੱਗਣ ਵਾਲੀ ਬਣਾਉਨੇ ਹੁੰਨੇ ਆ ਤੇ ਦੇਖੋ ਜੀ ਮਸਾਲੇ ਜਿਹੜੇ ਆਪਾਂ ਚੰਗੀ ਤਰ੍ਹਾਂ ਪਕਾ ਲਏ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਉਣ ਲੱਗੇ ਜੀ ਦਹੀਂ ਦੋ ਵੱਡੇ ਚਮਚ ਦਹੀਂ ਦੇ ਫੈਂਟ ਲੈ ਚੰਗੀ ਤਰ੍ਹਾਂ ਆਪਾਂ ਪਾ ਕੇ ਇਹਨੂੰ ਫਟਾਫਟ ਮਿਕਸ ਕਰ ਦੇਣਾ ਤਾਂ ਕਿ ਜਿਹੜਾ ਫਟੇ ਨਾ ਦਹੀਂ ਆਪਣਾ ਟਮਾਟਰ ਆਪਾਂ ਇੱਕ ਪਾਇਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਦਹੀਂ ਤੇ ਜਦੋਂ ਮੈਂ ਸੁੱਕੀ ਅਰਬੀ ਬਣਾਉਣੀ ਆ ਉਹਦੇ ਵਿੱਚ ਮੈਂ ਨਿੰਬੂ ਪਾ ਦਨੀ ਆ ਤੇ ਆਪਾਂ ਗਰੇਵੀ ਵਾਲੀ ਬਣਾਉਣ ਲੱਗੇ ਆ ਤੇ ਟਮਾਟਰ ਅੱਜਕੱਲ ਮਹਿੰਗੇ ਬਹੁਤ ਆ ਇਸ ਕਰਕੇ ਨਹੀਂ ਤਾਂ ਜ਼ਿਆਦਾ ਟਮਾਟਰ ਪਾ ਲਓ ਤੇ ਆਪਾਂ ਇੱਕੋ ਟਮਾਟਰ ਪਾਇਆ ਜੀ ਤੇ ਥੋੜੀ ਜਿਹੀ ਕਸੂਰੀ ਮੇਥੀ ਪਾ ਦਿੱ ਆ ਇਹਨੂੰ ਵੀ ਮਿਕਸ ਕਰ ਦਨੇ ਆ ਮਿਕਸ ਕਰਕੇ ਤੇ ਇਹਦੇ ਵਿੱਚ ਹੁਣ ਆਪਾਂ ਜਿਹੜੀ ਅਰਬੀ ਰੱਖੀ ਉਹ ਪਕਾ ਕੇ ਤੇ ਉਹ ਆਪਾਂ ਪਾ ਕੇ ਫਿਰ ਉਹਨੂੰ ਵੀ ਚੰਗੀ ਤਰ੍ਹਾਂ ਸੇਕ ਲਵਾਉਣਾ ਤੇ ਪਹਿਲਾਂ ਆਪਾਂ ਇਹਨੂੰ ਟੱਕਦੇ ਆਂ ਟੱਕ ਕੇ ਜਿਹੜਾ ਦਹੀਂ ਪਾਇਆ ਉਹਦੇ ਵਿੱਚ ਵੀ ਕਿਉਂ ਚੰਗੀ ਤਰ੍ਹਾਂ ਨਿਕਲਿਆ ਤੇ ਮਸਾਲੇ ਵੀ ਪੱਕ ਜਾਣ ਤੇਲ ਅਲੱਗ ਹੋ ਜਵੇ ਇਹਦਾ ਤੇ ਦੇਖੋ ਜੀ ਦਹੀਂ ਚੋ ਵੀ ਕਿਉਂ ਜਿਹੜਾ ਆ ਨਿਕਲ ਆਇਆ ਤੇ ਮਸਾਲੇ ਤੇਲ ਜਿਹੜਾ ਆ ਅਲੱਗ ਹੋ ਗਿਆ ਆ ਪਿਆਜ਼ ਮਸਾਲਾ ਆਪਣਾ ਪੱਕ ਗਿਆ ਪਿਆਜ਼ ਟਮਾਟਰ ਜੋ ਵੀ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਅਰਬੀ ਜਿਹੜੀ ਆਪਾਂ ਪਹਿਲਾਂ ਫਰਾਈ ਕਰਕੇ ਰੱਖੀ ਹੋ ਆ ਤੇ ਇਸ ਤਰ੍ਹਾਂ ਦੀ ਐਨ ਚੰਗੀ ਤਰ੍ਹਾਂ ਲਾਲ ਕਰਨੀ ਅਰਬੀ ਤਾਂ ਹੀ ਟੇਸਟੀ ਬਣੂਗੀ ਤੇ ਇਹਨੂੰ ਵੀ ਹੁਣ ਆਪਾਂ ਪਹਿਲਾਂ ਮਸਾਲੇ ਵਿੱਚ ਚੰਗੀ ਤਰ੍ਹਾਂ ਸੇਕ ਲਵਾਨੇ ਆ। ਨਵੇਂ ਵੀਰ ਜਿਹੜੇ ਜੋੜਦੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ। ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ। ਤੇ ਦੇਖੋ ਚੰਗੀ ਤਰ੍ਹਾਂ ਆਪਾਂ ਜਿਹੜਾ ਅਰਬੀ ਨੂੰ ਮਸਾਲਿਆਂ ਦੇ ਵਿੱਚ ਐ ਚੰਗੀ ਤਰ੍ਹਾਂ ਥੋੜਾ ਇਹਨੂੰ ਪੁੰਨਿਆ ਚੰਗੀ ਤਰ੍ਹਾਂ ਤੇ ਟੱਕ ਦਿੱਤਾ ਹੁਣ। ਮਸਾਲੇ ਜਿਹੜੇ ਰਚ ਜਾਣ ਇਹਦੇ ਵਿੱਚ ਸਵਾਰ ਕੇ ਤੇ ਦੇਖੋ ਅਲੱਗ ਤੇਲ ਕਿਉ ਜਿਹੜਾ ਐਨ ਅਲੱਗ ਹੋ ਗਿਆ ਆ ਤੇ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਜੀ ਪਾਣੀ ਅਰਬੀ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਪਕਾ ਲਿਆ ਮਸਾਲਿਆਂ ਦੇ ਜਿੰਨੀ ਕ ਆਪਾਂ ਇਹਦੀ ਗਰੇਵੀ ਬਣਾਉਣੀ ਆ ਤੇ ਉਨਾਂ ਕ ਆਪਾਂ ਇਹਦੇ ਵਿੱਚ ਪਾਣੀ ਪਾ ਲੈਣਾ ਆ ਬਿਲਕੁਲ ਲੇਸਦਾਰ ਨਹੀਂ ਬਣੂਗੀ ਬਹੁਤ ਟੇਸਟੀ ਸਬਜ਼ੀ ਬਣੂਗੀ ਮੇਰੀ ਗਾਰੰਟੀ ਆ ਇੱਕ ਵਾਰ ਤੁਸੀਂ ਇਸ ਤਰ੍ਹਾਂ ਬਣਾ ਕੇ ਜ਼ਰੂਰ ਦੇਖਿਓ ਤੇ ਪਾਣੀ ਜਿੰਨੀ ਕ ਜ਼ਰੂਰਤ ਆ ਤੁਸੀਂ ਇੱਕ ਗਲਾਸ ਦੋ ਗਲਾਸ ਜਿੰਨਾ ਪਾਉਣਾ ਚਾਹੋ ਨੇ ਪਾਣੀ ਤੁਸੀਂ ਉਨਾਂ ਪਾ ਲਓ ਥੋੜਾ ਪਾਉਣਾ ਚਾਹਨੇ ਆ ਤਾਂ ਥੋੜਾ ਪਾ ਲਓ ਤੇ ਮਿਕਸ ਕਰਕੇ ਟੱਕ ਦੰਨੇ ਆਪਾਂ ਇਹਨੂੰ ਅਰਬੀ ਆਪਣੀ ਅੱਧੇ ਨਾਲੋਂ ਜ਼ਿਆਦਾ ਪੱਕੀ ਹੋ ਆ ਜਦੋਂ ਆਪਾਂ ਫਰਾਈ ਕੀਤੀ ਉਦੋਂ ਇਹ ਨਰਮ ਹੋ ਜਾਂਦੀ ਆ ਤੇ ਦੇਖੋ ਕਿੰਨੀ ਸੋਹਣੀ ਇਹਦੀ ਤਰੀ ਬਣ ਗਈ ਆ ਸਬਜੀ ਆਪਣੀ ਜਿਹੜੀ ਐਨ ਮਹਿਕਦੀ ਆ ਜੀ ਬਹੁਤ ਵਧੀਆ ਬਣ ਗਈ ਆ ਤੇ ਹੁਣ ਇਹਦੇ ਵਿੱਚ ਆਪਾਂ ਥੋੜੇ ਜਿਹਾ ਪਾ ਦੰਨੇ ਆ ਦੇਖੋ ਕਿੰਨੀ ਸੋਹਣੀ ਦੇਖਣ ਨੂੰ ਲੱਗਦੀ ਆ ਤੇ ਗਰਮ ਮਸਾਲਾ ਪਾ ਦੰਨੇ ਹਰਾ ਧਨੀਆ ਪਾ ਦੰਨੇ ਸਬਜੀ ਤਿਆਰ ਆ ਜੀ ਆਪਣੀ ਕਿਉਂਕਿ ਅਰਬੀ ਆਪਣੀ ਜਿਹੜੀ ਆ ਪਹਿਲਾਂ ਇਹ ਕਾਫੀ ਪੱਕੀ ਹੁੰਦੀ ਆ ਤੇ ਥੋੜਾ ਗਰਮ ਮਸਾਲਾ ਪਾ ਦਤਾ ਆਪਾਂ ਕਿਉਂਕਿ ਗਰਮ ਮਸਾਲੇ ਸਾਫ ਤੇ ਵੀ ਆਪਾਂ ਪਾਏ ਆ ਇਸ ਕਰਕੇ ਮੈਂ ਥੋੜਾ ਜਿਹਾ ਪਾਇਆ ਤੇ ਧਨੀਆ ਪਾ ਦਤਾ ਆਇਆ ਮਿਕਸ ਕਰਕੇ ਇੱਕ ਵਾਰੀ ਆਪਾਂ ਫੇਰ ਇਹਨੂੰ ਧਕਣਾ ਤਾਂ ਕਿ ਮਸਾਲਿਆਂ ਦਾ ਵੀ ਜਿਹੜਾ ਟੇਸਟ ਆ ਸਾਰਾ ਵਿੱਚ ਆ ਜਾਊਗਾ ਇਹਦੇ ਤੇ ਲਓ ਜੀ ਆਪਾਂ ਟਕਤੀ ਸੀ ਅਰਬੀ ਸਬ지 ਜਿਹੜੀ ਆਪਣੀ ਬਣ ਕੇ ਆਨ ਤਿਆਰ ਹੋ ਗਈ ਆ ਤੇ ਮੈਂ ਹੁਣ ਇੱਕ ਪਲੇਟ ਦੇ ਵਿੱਚ ਕੱਢਦੀ ਆ ਤੇ ਕੱਢ ਕੇ ਮੈਂ ਤੁਹਾਨੂੰ ਤੋੜ ਕੇ ਦਿਖਾ ਲਦੀ ਆ ਬਹੁਤ ਵਧੀਆ ਅਰਬੀ ਦੀ ਸਬਜੀ ਜਿਹੜੀ ਗਰੇਵੀ ਵਾਲੀ ਬਣ ਕੇ ਤਿਆਰ ਹੋ ਗਈ ਆ ਤੇ ਜਰੂਰ ਬਣਾਇਓ ਜੀ ਬਣਾ ਕੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੁਹਾਡੀ ਅਰਬੀ ਮੇਰੇ ਤਰੀਕੇ ਨਾਲ ਬਣਾਈ ਜਿਹੜੀ ਕਿੰਦਾ ਦੀ ਬਣੀ ਦੇਖੋ ਮੈਂ ਤੋੜ ਕੇ ਤੁਹਾਨੂੰ ਦਿਖਾ ਲਦੀ ਕੱਟ ਕੇ ਇਹਨੂੰ ਇਹਨਾਂ ਸੌਫਟ ਨਰਮ ਹੋਈ ਹੋ ਅਰਬੀ ਪੱਕੀ ਹੋ ਆਪਣੀ ਇਹ ਦੇਖ ਸਕਦੇ ਤੁਸੀਂ ਦੇਖੋ ਬਿਲਕੁਲ ਨਰਮ ਆ ਸਬਜੀ ਇਹਨ ਪੱਕੀ ਹੋ ਹੈ ਜੀ ਦੇਖੋ ਕਿੰਨੀ ਸੋਹਣੀ ਆਪਣੀ ਗਰੇਵੀ ਵਾਲੀ ਜਿਹੜੀ ਅਰਬੀ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਣਾ ਬਣ ਕੇ ਤਿਆਰ ਹੋ ਗਈ ਆ ਸਬਜੀ ਉਹੀ ਆ ਮਸਾਲੇ ਉਹੀ ਆ ਬਸ ਬਣਾਉਣ ਦਾ ਤਰੀਕਾ ਥੋੜਾ ਜਿਹਾ ਆਪਾਂ ਨੂੰ ਚੇਂਜ ਕਰਨਾ ਪੈਂਦਾ ਆ ਤੇ ਸਬਜੀ ਦਾ ਟੇਸ ਜਿਹੜਾ ਕਾਫੀ ਬਦਲ ਜਾਂਦਾ ਉਹਦੇ ਨਾਲ ਤੇ ਇੱਕੋ ਸਬਜੀ ਖਾ ਖਾ ਕੇ ਆਪਾਂ ਬੋਰ ਹੋ ਜਾਂਨੇ ਇਸ ਕਰਕੇ ਬਦਲ ਲੈਣਾ ਚਾਹੀਦਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ